ਅੱਜ ਜਿਹੜੀ ਮੀਟਿੰਗ ਰਹੀ ਹੈ ਉਹ ਬੇਸਿਕ ਤਾਂ ਰਹੀ ਆ ਕੇਂਦਰ ਸਰਕਾਰ ਨੇ ਬੜੀ ਢੀਠ ਸਈ ਮੱਲੀ ਹੋਈ ਹੈ ਲੰਮਾ ਸਮੇਂ ਤੋਂ ਇੱਕੋ ਗੱਲ ਵਾਰ-ਵਾਰ ਹੋ ਰਹੀ ਆ ਕਿ ਤੁਸੀਂ ਛੋਟੀ ਕਮੇਟੀ ਬਣਾ ਲਓ ਉਹਦੇ ਨਾਲ ਚਰਚਾ ਕਰ ਲੈਨੇ ਆ ਤੁਸੀਂ ਕਹੇ ਵੀ ਅਸੀਂ ਮੀਟਿੰਗ 'ਚ ਤੈਅ ਕਰ ਚੁੱਕੇ ਆ ਕਿ ਸਾਰੀਆਂ ਜਥੇਬੰਦੀ ਦੇ ਆਗੂ ਉੱਥੇ ਮੌਜੂਦ ਰਹਿਣਗੇ ਪਹਿਲਾਂ ਵੀ ਸੜ ਚੋਂ ਪੰਜ ਚਾਰ ਸਾਥੀ ਉਹ ਗੱਲ ਕਰਦੇ ਆ ਕਿ ਜਿਨ੍ਹਾਂ ਨਾਲ ਜਿਹੜੀ ਤੁਸੀਂ ਗੱਲ ਕਰਨੀ ਹੈ ਇੱਥੇ ਗੱਲ ਕਰੋ ਔਰ ਮੀਟਿੰਗ ਤੋਂ ਪਹਿਲਾਂ ਅਸੀਂ ਜਿਹੜਾ ਸਰਕਾਰ ਨੇ ਜਿਹੜੇ ਕੁਝ ਟਰਾਂਸਪੋਰਟਰ ਇੱਥੇ ਮੁਜ਼ਾਹਿਰਾਂ ਕਰੀਆਂ ਦੀ ਮਦਦ ਕਰ ਰਹੇ ਆ ਉਹਨਾਂ ਨੂੰ ਐਨਆਈ ਵੱਲੋਂ ਤੰਗ ਕੀਤਾ ਜਾ ਰਿਹਾ ਪੱਤਰਕਾਰਾਂ ਨੂੰ ਐਨਆਈ ਵੱਲੋਂ ਤੰਗ ਕੀਤਾ ਜਾ ਰਿਹਾ ਕਿ ਜਿਹੜੀ ਮੋਦੀ ਸਰਕਾਰ ਇਦਾਂ ਬਹੁਤ ਹੀਟਲੇ ਪੱਧਰ ਤੇ ਆ ਚੁੱਕੀ ਆ ਵੀ ਇਹ ਜਿਹੜੀ ਹਰਕਤ ਆ ਇਹ ਤੁਹਾਨੂੰ ਜਿਹੜੀ ਬੰਦ ਕਰਨੀ ਚਾਹੀਦੀ ਆ ਇਸੇ ਤਰ੍ਹਾਂ ਹਰਿਆਣੇ ਦੇ ਵਿੱਚ ਜਿਹੜਾ 307 ਦਾ ਪਰਚਾ ਉਹ ਰਾਦਾ ਕਤਲ ਦਾ ਪਰਚਾ ਹੁੰਦਾ ਪਰ 307 ਦੇ ਪਰਚੇ ਜਿਹੜੇ ਹੈਗੇ ਮਾਮੂਲੀ ਗੱਲ ਤੋਂ ਜਿਹੜੇ ਕੀਤੇ ਜਾ ਰਹੇ ਹੈਗੇ ਆ ਵੀ ਜਿਹੜਾ ਸਰਕਾਰ ਇਸ ਤਰ੍ਹਾਂ ਅੰਦੋਲਨ ਨੂੰ ਦਬਾ ਨਹੀਂ ਸਕਦੀਗੀ 307 ਦੇ ਪਰਚਿਆਂ ਦੇ ਬਾਵਜੂਦ ਵੀ ਹਰਿਆਣੇ 'ਚ ਅੰਦੋਲਨ ਇੰਨਾ ਵੱਧ ਚੁੱਕਾ ਕਿ ਹਰਿਆਣੇ 'ਚ ਇਹਨਾਂ ਨੂੰ ਆਪਣੀ ਜਿਹੜੀ ਸੀਗੀ ਰਾਜਨੀਤਿਕ ਸਰਗਰਮੀ ਉੱਥੋਂ ਦੀ ਸਰਕਾਰ ਨੂੰ ਔਰ ਜਿਹੜੀਆਂ ਕਿਸਾਨ ਮਹਾ ਪੰਚਾਇਤਾਂ ਕਰ ਰਹੇ ਸੀਗੇ ਉਹ ਰੱਦ ਕਰਨੀ ਪੈ ਰਹੀ ਹੈਗੀ ਆ। ਤੋਂ ਇਸ ਕਰਕੇ ਅਸੀਂ ਅੱਜ ਫੇਰ ਕਿਹਾ ਹੁਣ ਅਗਲੀ ਮੀਟਿੰਗ ਜਿਹੜੀ ਆ 19 ਤਰੀਕ ਦੀ ਤੈਅ ਹੋਈ ਆ। ਤੋਂ ਅਸੀਂ ਬਿਲਕੁਲ ਸਾਫ਼ ਕਿਹਾ ਕਿ 19 ਤਰੀਕ ਨੂੰ ਤਾਂ ਹੀ ਬੁਲਾਇਆ ਜਾਵੇ ਜੇ ਤਿੰਨੋਂ ਖੇਤੀ ਕਾਨੂੰਨਾਂ ਨੂੰ ਸਰਕਾਰ ਨੇ ਰੱਦ ਕਰਨਾ ਔਰ ਜਿਹੜੀ ਹੈਗੀ ਐਮਐਸਪੀ ਦੇ ਉੱਪਰ ਜਿਹੜੀ ਹੈਗੀ ਕਾਨੂੰਨ ਬਣਾਉਣ ਦੀ ਚਰਚਾ ਕਰਨੀ ਆ। ਅ ਸਾਡੇ ਨਾਲ ਨੇ ਲਓ ਜੀ ਕਿਵੇਂ ਰਿਹਾ ਜੀ ਅੱਜ ਦਾ ਜੀ ਕਬਲਪ੍ਰੀਤ ਸਿੰਘ ਪੰਨੂ ਕਨਵੀਨਰ ਕਿਸਾਨ ਸੰਘਰਸ਼ ਕਮੇਟੀ ਪੰਜਾਬ ਜਿਹੜੀ ਪਿਛਲੀ ਮੀਟਿੰਗ ਸੀ ਅਠਵਾਲੀ ਜੀ ਉਹਦੇ ਵਿੱਚ ਅਸੀਂ ਕਹਿ ਕੇ ਗਏ ਸਾਂ ਜੀ ਵੀ ਜੇ ਤੁਸੀਂ ਕਾਨੂੰਨਾ ਨੂੰ ਰਿਪੀਲ ਕਰਨ ਲਈ ਕੋਈ ਤੌਰ ਤਰੀਕਾ ਲੱਭਣਾ ਜੀ ਬਨੂ ਸਾਹਿਬ ਤੇ ਫਿਰ ਅੱਜ ਵਾਲੀ ਮੀਟਿੰਗ ਦਿਓ ਜੀ ਅੱਜ ਵਾਲੀ ਮੀਟਿੰਗ ਦੇ ਵਿੱਚ ਉਹਨਾਂ ਨੇ ਫਿਰ ਉਹ ਪੁਰਾਣਾ ਰਾਗ ਜੀ ਕਿ ਤੁਸੀਂ ਬਹਿਸ ਕਰ ਲਓ ਚਰਚਾ ਕਰ ਲਓ ਜੀ ਚਰਚਾ ਕਰਕੇ ਜਿਹੜੀ ਗੱਲ ਤੇ ਤੁਹਾਨੂੰ ਕਿੰਤੂ ਪ੍ਰੰਤੂ ਆ ਉਹਦੇ ਤੇ ਸਰਕਾਰ ਵਿਚਾਰ ਕਰ ਲੈਂਦੀ ਆ ਜੀ ਅਸੀਂ ਇਹ ਕਿਹਾ ਕਿ ਸਾਨੂੰ ਬਿਲਕੁਲ ਇਹ ਮਨਜ਼ੂਰ ਨਹੀਂ ਜੀ ਅਸੀਂ ਕਾਨੂੰਨ ਰਿਪੀਲ ਕਰਾਉਣੇ ਆ ਜੀ ਜਿੰਨਾ ਚਿਰ ਇਹ ਕਾਨੂੰਨ ਰਿਪੀਲ ਨਹੀਂ ਹੁੰਦੇ ਉਹਨਾਂ ਚਿਰ ਇਹ ਅੰਦੋਲਨ ਵਾਪਸ ਨਹੀਂ ਹੁੰਦਾ ਠੀਕ ਹੈ ਇਸ ਕਰਕੇ ਦੂਜੀ ਗੱਲ ਜੀ ਜਿਹੜੀ ਮੀਟਿੰਗ ਆਈ 19 ਤਰੀਕ ਦੀ ਜੀ ਅਸੀਂ ਭਾਵੇਂ ਅੱਜ ਦੀ ਮੀਟਿੰਗੋਂ ਕੁਝ ਨਹੀਂ ਨਿਕਲਿਆ ਜੀ ਪਰ ਇਹਦੇ ਵਿੱਚ ਅਸੀਂ ਗੱਲ ਕਹਿਣੀ ਚਾਹੁੰਦੇ ਆ ਕਿ ਅਸੀਂ ਮੀਟਿੰਗ 'ਚ ਤਾਂ ਆਏ ਆ ਹੂੰ ਸਾਨੂੰ ਪਤਾ ਸੀ ਵੀ ਕੋਈ ਨਿਕਲਣਾ ਨਹੀਂ ਹੈ ਜੀ ਇਸ ਮੀਟਿੰਗ ਤਾਂ ਇਹ ਸਾਬੀ ਸਾਡੇ ਤੇ ਇਹ ਦੋਸ਼ ਨਾ ਲੱਗੇ ਕਿ ਕਿਸਾਨ ਗੱਲਬਾਤ ਕਰਨੀ ਨਹੀਂ ਚਾਹੁੰਦੇ ਅਸੀਂ ਗੱਲਬਾਤ ਯਾਰੀ ਰੱਖਾਂਗੇ ਡੈਡ ਲਗ ਪੈਦਾ ਨਹੀਂ ਕਰਾਂਗੇ ਤੇ ਜਿੰਨਾ ਚਿਰ ਤੱਕ ਸਾਡੀਆਂ ਇਹ ਮੰਗਾਂ ਮੰਨੀਆਂ ਨਹੀਂ ਜਾਂਦੀਆਂ ਉਹਨਾਂ ਚਿਰ ਤੱਕ ਅੰਦੋਲਨ ਸਾਡਾ ਜਾਰੀ ਰਹੂਗਾ ਇਹਨੂੰ ਹੋਰ ਤੇਜ਼ ਕਰਾਂਗੇ ਧੰਨਵਾਦ ਪੰਨੂ ਸਾਹਿਬ ਗੱਲ ਕਰਦੇ ਹਾਂ ਜੀ ਸਰਦਾਰ ਬਲਬੀਰ ਸਿੰਘ ਰਾਜੇਵਾਲ ਜੀ ਨਾਲ ਕਿਵੇਂ ਮੀਟਿੰਗ ਅੱਜ ਦੀ ਰਹੀ ਤੇ ਕਿਵੇਂ ਮੀਟਿੰਗ ਦਾ ਰੁਖ ਰਿਹਾ ਜੀ ਦੇਖੋ ਜੀ ਮੀਟਿੰਗ ਵਿੱਚ ਚਰਚਾ ਹੋਈ ਹੈ ਹੋਰ ਤਾਂ ਕੁਝ ਨਿਕਲਿਆ ਨਹੀਂ ਨਿਕਲਿਆ ਹੋਈ ਇੱਕ ਅਲੱਗ ਗੱਲ ਹੈ ਲੇਕਿਨ ਇਹ ਗੱਲ ਸਾਰੇ ਨੇ ਮਹਿਸੂਸ ਕੀਤਾ ਵੀ ਇੱਥੇ ਹੀ ਸਰਕਾਰ ਔਰ ਕਿਸਾਨ ਜਥੇਬੰਦੀਆਂ ਦੇ ਵਿਚਾਲੇ ਗੱਲਬਾਤ ਦੇ ਵਿੱਚੋਂ ਹੀ ਹੱਲ ਨਿਕਲੇਗਾ ਇਸ ਲਈ ਅਸੀਂ ਫੇਰ 19 ਤਾਰੀਖ ਨੂੰ ਬੈਠਾਂਗੇ ਔਰ ਇਹ ਤੇ ਮੁੱਦਿਆਂ ਤੇ ਚਰਚਾ ਕਰਾਂਗੇ ਇਸ ਵਾਰੀ ਅਸੀਂ ਸਪਸ਼ਟ ਕਹਿ ਦਿੱਤਾ ਵੀ ਜਿਹੜੇ ਮੁੱਦੇ ਨੇ ਸਾਡੇ ਉਹ ਤਿੰਨੇ ਕਾਨੂੰਨ ਰਿਪੀਲ ਕਰਨੇ ਔਰ ਐਮਐਸਪੀ ਦਾ ਮੁੱਦਾ ਜਿਹੜੇ ਵਿਚਾਲੇ ਫਸੇ ਖੜੇ ਆ ਉਸ ਦਿਨ ਇਹਨਾਂ ਦੇ ਉੱਤੇ ਗੱਲਬਾਤ ਹੋਏਗੀ ਓਕੇ ਹੇ ਇਹ ਤਾਂ ਪਹਿਲਾਂ ਲਾਸਟ ਟਾਈਮ ਵੀ ਇਹਨਾਂ ਨੇ ਇਹ ਚੀਜ਼ ਕਹੀ ਸੀ ਵੀ ਆਪਾਂ ਅਪੀਲ ਕਰਾਉਣ ਵਾਸਤੇ ਆਏ ਆ ਉਹਦਾ ਦੱਸਿਓ ਸੋ ਉਹ ਸਾਡੇ ਜਾਣਨਾ ਚਾਹੁੰਦੇ ਨੇ ਕਿਸਾਨ ਕੀ ਅੱਜ ਦਾ ਕਿਵੇਂ ਦਾ ਰਿਹਾ ਕਿਉਂ ਨਹੀਂ ਉਹਨਾਂ ਨੇ ਕਿਸ ਮੁੱਦੇ ਤੇ ਗੱਲ ਨੇ ਉਹਨਾਂ ਦੀ ਉਹ بار بار ਉਹ ਕਹਿੰਦੇ ਸੀ ਜੀ ਕੋਈ ਛੋਟੀ ਕਮੇਟੀ ਬਣਾਓ ਛੋਟੀ ਕਮੇਟੀ ਬਣਾਓ ਅਸੀਂ ਅੱਜ ਫੇਰ ਉਹਨਾਂ ਨੂੰ ਕਿਹਾ ਵੀ ਛੋਟੀ ਕਮੇਟੀ ਨਹੀਂ ਬਣਨੀ ਜੋ ਕੁਝ ਹੋਏਗਾ ਸਾਰਿਆਂ ਦੇ ਸਾਹਮਣੇ ਹੋਏਗਾ ਇਸ ਕਰਕੇ ਉਹ ਰੜਕੇ ਜਿਹੇ ਜਿਸ ਤਰ੍ਹਾਂ ਹੁੰਦਾ ਨਾ ਉਹਦਾਂ بار بار ਉਹਨਾਂ ਨੂੰ ਮੈਂ ਕਹਿੰਦਾ ਰਿਹਾ ਵੀ ਤੁਸੀਂ ਮੈਨੂੰ ਲੱਗਦਾ ਇਹ ਹੈ ਵੀ ਤੁਸੀਂ ਤੁਹਾਡਾ ਮੂਡ ਨਹੀਂ ਅੱਜ ਗੱਲ ਕਰਨ ਦਾ ਇਹ ਸਰਕਾਰ ਆਪਣੀਆਂ ਗੋਟੀਆਂ ਖੇਡਦੀ ਹੈ ਅਸੀਂ ਆਪਣੇ ਹਿਸਾਬ ਨਾਲ ਕੈਲਕੂਲੇਟ ਕਰਦੇ ਹਾਂ ਇਸ ਕਰਕੇ ਅਸੀਂ ਪਜਾਂਗੇ ਨਹੀਂ ਗੱਲਬਾਤ ਤੋਂ 19 ਤਾਰੀਖ ਨੂੰ ਫੇਰ ਆਵਾਂਗੇ 12:00 ਵਜੇ ਠੀਕ ਹੈ ਰਾਜਵਲ ਜੀ ਗੱਲ ਕਰਦੇ ਆਂ ਜੀ ਸਰਦਾਰ ਜਗਜੀਤ ਸਿੰਘ ਢੱਲੇਵਾਲ ਜੀ ਦੇਖੋ ਇਸ ਮੀਟਿੰਗ ਨੂੰ ਜੇਕਰ ਇਹਨੂੰ ਸਵਾਰ ਕੇ ਸੀਰੀਅਸਲੀ ਦੇਖਿਆ ਜਾਵੇ ਤਾਂ ਮੀਟਿੰਗ ਮੈਨੂੰ ਲੱਗਦਾ ਇਹ ਲਗਭਗ ਬੇਸਿੱਟੇ ਵਰਗੀ ਹੈ ਇਹਨੂੰ ਇੰਨਾ ਕਿਹਾ ਜਾ ਸਕਦਾ ਹੈ ਕਿ ਦੁਬਾਰਾ ਮੀਟਿੰਗ ਕਰਨ ਵਾਸਤੇ ਗੱਲ ਸੈੱਟ ਹੋਈ ਹੈ ਲੇਕਿਨ ਇਹ ਜ਼ਰੂਰ ਹੈ ਗੱਲ ਕਿ ਆਏ ਇਸ ਵਾਰੀ ਮੀਟਿੰਗ ਦੇ ਵਿੱਚ ਆਗਮਨ ਇਹ ਗੱਲ ਠੋਕ ਕੇ ਰੱਖੀ ਹੈ ਕਿ ਸਰਕਾਰ ਸਾਨੂੰ ਮੀਟਿੰਗ ਦਾ ਟਾਈਮ ਤਾਂ ਦੇਵੇ ਦੁਬਾਰਾ ਜੇ ਕਿਸਾਨਾਂ ਦੇ ਮਸਲੇ ਦਾ ਹੱਲ ਕਰਨਾ ਹੈ ਜੇ ਮੀਟਿੰਗ ਤੇ ਮੀਟਿੰਗ ਮੀਟਿੰਗ ਤੇ ਮੀਟਿੰਗ ਹੀ ਕਰੀ ਜਾਣੀਆਂ ਤਾਂ ਫਿਰ ਇਹਨਾਂ ਮੀਟਿੰਗਾਂ ਦਾ ਕੋਈ ਅਰਥ ਨਹੀਂ ਹੈ ਸੋ ਇਸ ਗੱਲ ਦੇ ਵਿੱਚੋਂ ਫਿਰ ਇਹ ਗੱਲ ਮਤਲਬ ਜਿਹੜੀ ਉਹਨਾਂ ਨੇ ਸਾਨੂੰ 19 ਤਰੀਕ ਦੀ ਮੀਟਿੰਗ ਦਿੱਤੀ ਹੈ ਦਿੱਤੀ ਹੈ ਔਰ ਇਹਦੇ ਤੇ ਦੇਖਦੇ ਆ ਅੱਗੇ ਮਤਲਬ ਸਰਕਾਰ ਕੀ ਕਰਦੀ ਹੈ ਲੇਕਿਨ ਅੱਜ ਤਾਂ ਸਰਕਾਰ ਦਾ ਸਿਰਫ ਇੱਕ ਤਰ੍ਹਾਂ ਦਾ ਇਹ ਇਸ ਗੱਲ ਤੇ ਜ਼ੋਰ ਸੀਗਾ ਇਹ ਕਹਿ ਲਈਏ ਕਿ ਪਾੜੋ ਤੇ ਰਾਜਕਰੋ ਦੀ ਨੀਤੀ ਨਾਲ ਚੱਲ ਰਹੀ ਹੈ ਸਰਕਾਰ ਸਰਕਾਰ ਦੀ ਕੋਸ਼ਿਸ਼ ਸੀਗੀ ਕਿ ਇੱਕ ਛੋਟੀ ਕਮੇਟੀ ਬਣਾਓ ਛੋਟੀ ਕਮੇਟੀ ਬਣਾਓ ਪਾਪਕੁਸ਼ ਜਥੇਬੰਦੀਆਂ ਨੂੰ ਵਿੱਚੋਂ ਪਾੜਨ ਦੀ ਕੋਸ਼ਿਸ਼ ਕਰ ਰਹੀ ਸੀ ਸਰਕਾਰ ਜਿਹਦੇ ਤੋਂ ਮਤਲਬ ਸੀ ਪੂਰੀ ਸਤਰਕਤਾ ਵਰਤਦਿਆਂ ਅਸੀਂ ਉਹਨਾਂ ਦੀ ਉਸ ਗੱਲ ਤੇ ਸਹਿਮਤ ਨਹੀਂ ਹੋਏ ਇਹ ਸੰਟਾਲੇਵਾਲ ਜੀ ਬੂਟਾ ਸਿੰਘ ਸ਼ਾਦੀਪੁਰ ਜੀ ਤੁਹਾਡੇ ਵਿਚਾਰ ਜੀ ਅੱਜ ਦੀ ਮੀਟਿੰਗ ਨੂੰ ਲੈ ਕੇ ਸਾਡੇ ਵਿਚਾਰ ਜਿਹੜੇ ਨੇ ਉਹਨਾਂ ਨੇ ਦੱਸਦੇ ਉਹਨਾਂ ਸਾਡੇ ਅਗਵਾਨ ਜਿਹੜੇ ਆਪਾਂ ਉਥੇ ਸਪੀਕਰ ਬਣਾਇਆ ਇਹਨਾਂ ਸਾਰੀ ਗੱਲਬਾਤ ਕੀਤੀ ਸੀ ਸੁਣਦ ਰਹੇ ਹਾਂ ਉਹਨਾਂ ਨੇ ਗੱਲ ਕੀਤੀ ਠੀਕ ਹੈ ਵੀ ਸਰਕਾਰ ਅਜੇ ਤੱਕ ਲਮਕਾ ਰਹੀ ਹੈ ਸਰਕਾਰ ਨੂੰ ਮੈਂ ਤੇ ਇੱਕ ਗੱਲ ਕਹਿਣੀ ਚਾਹੁੰਦਾ ਵੀ ਸਰਕਾਰ ਨੂੰ ਨੀਤੀ ਨiyet ਸਾਫ਼ ਕਰਨੀ ਚਾਹੀਦੀ ਹੈ ਤਾਂ ਮਸਲਾ ਹੱਲ ਹੋਣਾ ਤੇ ਬਹੁਤ ਵਧੀਆ ਤਰੀਕੇ ਨਾਲ ਇਹਨਾਂ ਨੇ ਸਾਰੀਆਂ ਗੱਲਾਂ ਬਤਾਂ ਆਪਣੀਆਂ ਰੱਖੀਆਂ ਨੇ ਜੀ ਉੱਥੇ ਅ ਪ੍ਰੇਮ ਸਿੰਘ ਪੰਗੂ ਜੀ ਅ ਉਹਨਾਂ ਦੇ ਨਾਲ ਗੱਲ ਕਰਦੇ ਹਾਂ ਕਿ ਕਿਵੇਂ ਦਾ ਅੰਦਰ ਜੋ ਵਿਚਾਰ ਚਰਚਾ ਜਿਵੇਂ ਹੋਈ ਉਹ ਦੱਸਿਓ ਜੀ ਮੈਨੂੰ ਸਮਝਦਾ ਇੱਕ ਗੱਲ ਜ਼ਰੂਰ ਸਾਫ਼ ਹੋਈ ਅੱਜ ਦੀ ਮੀਟਿੰਗ ਦੇ ਵਿੱਚ ਜਿਸ ਤਰ੍ਹਾਂ ਇੱਕ ਕਨਫਿਊਜ਼ਨ ਬਣਿਆ ਹੋਇਆ ਅਸਨ ਵੀ ਕੋਈ ਕਮੇਟੀ ਬਣ ਗਈ ਸ਼ਾਇਦ ਉਹ ਉੱਧਰ ਸ਼ਿਫਟ ਹੋ ਜਾਏਗਾ ਅੱਜ ਸਰਕਾਰ ਨੇ ਆਪ ਹੀ ਕਿਹਾ ਵੀ ਜਿਹੜਾ ਮਸਲਾ ਹੱਲ ਹੋਣਾ ਹੈ ਉਹ ਆਰਗੇਨਾਈਜ਼ੇਸ਼ਨ ਦੇ ਸਰਕਾਰ ਦੇ ਵਿੱਚ ਹੀ ਹੋਣਾ ਹੈ ਉਹ ਇਸ ਮੀਟਿੰਗ ਚ ਅਗਲੀ ਮੀਟਿੰਗ ਚ ਹੋ ਜੇ ਰੁਖਣਾ ਜਰੂਰ ਸਖਤ ਸੇ ਬਾਰ ਬਾਰ ਉਹੀ ਕਹਿੰਦੇ ਸੀ ਦੁਬਾਰਾ ਉਹਨਾਂ ਦੇ ਬਹਿਸ ਕਰੋ ਤੁਸੀਂ ਉਹਨਾਂ ਦੇ ਕਰੋ ਔਰ ਸਾਡਾ ਕੇਸ ਤਾਂ ਬੜਾ ਸਾਫ਼ ਹੈ ਦੇ ਨੈਕ ਨੂੰ ਰੀਫੀਲ ਕਰੋ ਐਮ ਐਸ ਵੀਰੇ ਕਾਨੂੰਨ ਬਣਾਓ ਤੁਸੀਂ ਇਸ ਮੀਟਿੰਗ ਚ ਕਰੋ ਅਗਲੀ ਮੀਟਿੰਗ ਚ ਕਰੋ ਉਹਨਾਂ ਨੇ ਆਪਣੇ ਆਪ ਵੀ ਟਾਈਮ ਅਗਲੀ ਮੀਟਿੰਗ ਦਾ ਦਿੱਤਾ ਹੈ ਇਸ ਲਈ ਅਸੀਂ ਆਵਾਂਗੇ ਇਸ ਤਾਂ ਹਰ ਮੀਟਿੰਗ ਲਈ ਤਿਆਰ ਡੈਡਲੌਕ ਦੀ ਫੇਵਰ ਚ ਨਹੀਂ ਹੈ 네ਗੋਸ਼ੀਏਸ਼ਨ ਵਿਲ ਕੰਟੀਨਿਊ ਬਸ ਇਹੋ ਹੀ ਅੱਜ ਤਾਂ ਹੋਇਆ ਅ ਮਨਜੀਤ ਸਿੰਘ ਰਾਏ ਜੀ ਨੇ ਮਨਜੀਤ ਰਾਏ ਜੀ ਨੂੰ ਮੈਂ ਪੁੱਛਣਾ ਚਾਹਾਂਗਾ ਕਿ ਐਮਐਸਪੀ ਦੇ ਮੁੱਦੇ ਦੇ ਉੱਪਰ ਕਿਵੇਂ ਗੱਲ ਹੋਈ ਸਰਕਾਰ ਦੇ ਨਾਲ ਤੇ ਕੀ ਉਹਨਾਂ ਦਾ ਵਿਚਾਰ ਸੀ ਤੇ ਕੀ ਉਹਨਾਂ ਦਾ ਜਵਾਬ ਸੀ ਸਰਕਾਰ ਨੇ ਇਹ ਗੱਲ ਆਖੀ ਹੈ ਕਿ ਆਪਾਂ ਬਾਰ-ਬਾਰ ਸਰਕਾਰੇ ਚਾਹੁੰਦੀ ਸੀ ਵੀ ਛੋਟੀ ਕਮੇਟੀ ਬਣਾਈ ਜਾਵੇ ਪਰ ਉਹ ਤੋਂ ਆਪਾਂ ਸਖਤ ਸ਼ਬਦਾਂ ਦੇ ਵਿੱਚ ਉਹਦੀ ਨਖੇਦੀ ਕੀਤੀ ਆ ਇਨਕਾਰ ਕੀਤਾ ਕਿ ਅਸੀਂ ਛੋਟੀ ਕਮੇਟੀ ਕੋਈ ਨਹੀਂ ਬਣਾਉਣੀ ਔਰ ਜਿਹੜੀ ਗੱਲ ਹੈਗੀ ਆ ਸਰਕਾਰ ਨੇ ਫਿਰ ਆਪਣਾ ਇਹ ਰੋਖ ਦੱਸਿਆ ਕਿ ਜਿਹੜੀ ਮੁੱਖ ਮੰਗ ਤੁਹਾਡੀ ਤਿੰਨੋ ਖੇਤੀ ਕਾਨੂੰਨ ਜਿਹੜੇ ਨੇ ਉਹਨੂੰ ਪਹਿਲਾਂ ਆਪਾਂ ਨਿਪਟਾ ਲਈਏ ਫਿਰ ਐਮ ਐਸ ਬੀ ਵੀ ਕਰਾਂਗੇ ਤੇ ਇਸ ਕਰਕੇ ਦੋਵਾਂ ਤੇ ਚਰਚਾ ਹੋਏਗੀ ਔਰ ਅਗਲੀ ਮੀਟਿੰਗ 'ਚ ਲੱਗਦਾ ਹੈ ਕਿ ਕੋਈ ਗੱਲ ਅੱਗੇ ਪਹੁੰਚਾਂਗੇ ਪਰ ਸਰਕਾਰ ਜਿਹੜੀ ਹੱਲੇ ਉੱਥੇ ਅੜੀ ਹੋਈ ਹੈ ਕਿ ਆਪਾਂ ਸੌਦਾ ਕਰ ਲਈਏ ਪਰ ਅਸੀਂ ਸੌਦਾਂ ਦੇ ਵਿੱਚ ਅਸੀਂ ਰਾਜੀ ਨਹੀਂ ਸੀਗੇ ਇਸ ਕਰਕੇ ਹੁਣ ਇਹਦੀ ਅਗਲੀ ਮੀਟਿੰਗ ਹੋਈ ਹੈ ਰੱਖੀ ਗਈ ਹੈ ਉਹ 19 ਤਰੀਕ ਦੀ ਮੀਟਿੰਗ ਰੱਖੀ ਗਈ ਹੈ ਤੋ ਸ਼ੋਅ ਇਹਦੇ ਉਹਦੇ ਅਗਲੀ ਮੀਟਿੰਗ 'ਚ ਦੇਖੋ ਕੁਝ ਨਿਕਲ ਕੇ ਆਉਗਾ ਕਿ ਨਹੀਂ। ਕਲਵੰਸੰਧੂ ਜੀ ਨੇ ਕਲਵੰਸੰਧੂ ਜੀ ਐਮਐਸਪੀ ਦੇ ਉੱਪਰ ਸਰਕਾਰ ਨੇ ਕੋਈ ਗੱਲ ਕੀਤੀ ਜਾਂ ਨਹੀਂ ਕੀਤੀ ਕਲੀਅਰ ਥੋੜਾ ਜਿਹਾ ਦਿਓ ਜੀ। ਐਮਐਸਪੀ ਤੇ ਉਹਨਾਂ ਨੇ ਕਿਹਾ ਜਾਰੀ ਰਹੂਗੀ। ਇਹਦੇ ਵਿੱਚ ਕੋਈ ਤਬਦੀਲੀ ਨਹੀਂ ਕਰਾਂਗੇ। ਜਵਾਨੀ ਗਲਾਮੀ। ਪਰ ਅਸੀਂ ਉਹਨਾਂ ਨੂੰ ਕਹਿੰਨੇ ਆਂ ਤੇ ਕਾਨੂੰਨ ਬਣਾਓ। ਕਾਨੂੰਨੀ ਗਰੰਟੀ ਦਿਓ ਕਾਨੂੰਨੀ ਤੇ ਪਹਿਲਾਂ ਵੀ ਐਮਐਸਪੀ ਤੇ ਹੈ ਨਹੀਂ ਸੀ ਪਰ ਜਦੋਂ ਇਹਨਾਂ ਨੇ ਤਿੰਨ ਕਾਨੂੰਨ ਬਣਾਤੇ ਆ ਤੇ ਸਾਨੂੰ ਸ਼ੱਕ ਆ ਕਿ ਐਮਐਸਪੀ ਨਹੀਂ ਰਹਿ ਸਕਣੀ। ਕਾਨੂੰਨ ਬਣਾਉਣ ਤੋਂ ਉਹ ਝੱਕਦੇ ਆ ਅਸੀਂ ਕਿੰਨੇ ਕਾਨੂੰਨ ਤੋਂ ਬਿਨਾਂ ਕੋਈ ਗਰੰਟੀ ਨਹੀਂ ਤੇ ਤੁਹਾਡੀ ਸਰਕਾਰ ਲੈ ਕੇ ਦੇ ਦੋ ਜਾਂ ਨਾ ਕਰ ਦੋ ਉਹਦੀ ਕੋਈ ਵੈਲਿਊ ਨਹੀਂ ਗਈ ਇਸ ਗੱਲ ਤੋਂ ਥੜਕਦੇ ਆ ਔਰ ਗੱਲਬਾਤ ਥੋੜੀ ਅੱਗੇ ਧੁਰੀ ਆ ਤਿੰਨਾ ਕਾਨੂੰਨਾਂ ਬਾਰੇ ਉਹ ਕਹਿੰਦੇ ਸੌਦਾ ਕਰਾ ਲਓ ਸਾਨੂੰ ਰੱਦ ਕਾਨੂੰਨਾ ਕਹੋ ਜੇ ਤੇ ਤੁਹਾਨੂੰ ਓਬਜੈਕਸ਼ਨ ਹੈ ਉਹ ਕਰ ਲਓ ਅਸੀਂ ਉਹਨਾਂ ਨੂੰ ਕਹਿੰਨੇ ਆ ਵਿੱਚ ਸੌਦਾ ਨੂੰ ਤੁਸੀਂ ਤਿਆਰ ਹੋ ਜੇ ਸੁਪਰੀਮ ਕੋਰਟ ਨੇ ਰੋਕ ਲਾਤੀ ਆ ਜੇ 80% ਕਾਨੂੰਨ ਗਲਤ ਹੋਣ ਤਾਂ ਤਾਂ ਰੋਕ ਲੱਗਦੀ ਆ ਰੋਕ ਐਵੇਂ ਨਹੀਂ ਲੱਗਦੀ ਇਹ ਗੱਲ ਬੱਕਰੀਆਂ ਮੜ ਕੇ ਸੁਪਰੀਮ ਕੋਰਟ ਨੂੰ ਮੈਨੇ ਕਰ ਲੈਣ ਕੀ ਕਰ ਲੈਣ ਕੋਸ਼ਿਸ਼ ਨਹੀਂ ਕੀਤਾ ਜਾ ਸਕਦਾ ਅਸੀਂ ਉਹਨਾਂ ਨਾਲ ਇਹ ਕਿਹਾ ਵੀ ਤੁਸੀਂ ਡਬਲ ਸਟੈਂਡਰਡ ਨਾ ਵਰਤੋ ਇੱਕ ਪਾਸੇ ਤੇ ਪਿੰਡਾਂ ਦੇ ਵਿੱਚ ਆਪਣੇ ਬੰਦੇ ਤੋਰੇ ਆ ਕਰੋਨਾ ਦੇ ਪ੍ਰਚਾਰ ਕਰਨ ਨੂੰ ਉਹਨਾਂ ਹੀ ਕਿਹਾ ਵੀ ਹਰਿਆਣਾ ਵਿੱਚ ਵੀ ਅਸੀਂ ਬੰਦ ਕਰਤਾ ਪੰਜਾਬ 'ਚ ਹੀ ਬੰਦ ਕਰਾਂਗੇ ਸੰਦੂ ਸਾਹਿਬ ਐਸੈਂਸ਼ੀਅਲ ਕਮੋਡਿਟੀ ਐਕਟ ਦੇ ਉੱਪਰ ਵੀ ਚਰਚਾ ਹੋਈ ਹੈ ਉੱਪਰ ਉਹਦੇ ਬਾਰੇ ਥੋੜਾ ਜਿਹਾ ਵਿਚਾਰ ਦਿਓ ਕਿ ਉਹ ਕੀ ਗੱਲਬਾਤ ਹੋਈ ਐਸੈਂਸ਼ੀਅਲ ਕਮੋਡਿਟੀ ਐਕਟ ਤੇ ਅਸੀਂ ਉਹਨਾਂ ਨੂੰ ਕਹਿੰਦੇ ਸੀ ਕਿ ਤੁਹਾਨੂੰ ਰੱਦ ਕਰਨ ਤੇ ਬਹੁਤਾ ਡਰ ਲੱਗਦਾ ਵੀ ਇਹ ਤਾਂ ਰੱਦ ਨਹੀਂ ਕਰਨਾ ਪੈਣਾ ਉਹਦੇ ਵਿੱਚ 1955 ਵਾਲੇ ਸੈਂਚੂਰੀ ਕਮੇਟੀ ਐਕਟ ਵਿੱਚ ਇਹਨਾਂ ਨੇ ਐਮੈਂਡਮੈਂਟ ਕੀਤੀ ਸੀ ਅਸੀਂ ਕਹਿੰਦੇ ਐਮੈਂਡਮੈਂਟ ਬਾਅਦਸ ਲੈ ਲਓ ਦੋ ਐਮੈਂਡਮੈਂਟਾਂ ਕੀਤੀਆਂ ਉਹਦੇ ਵਿੱਚ ਉਹਨਾਂ ਨੇ ਅਸੀਂ ਕਹਿੰਦੇ ਐਮੈਂਡਮੈਂਟ ਬਾਅਦਸ ਲੈ ਲਓ ਉਹ ਪਹਿਲਾਂ ਤਾਂ ਕਹਿੰਦੇ ਸੀ ਬਿਲਕੁਲ ਨਹੀਂ ਹੋ ਸਕਦਾ ਜੇ ਉਹ ਅਸੀਂ ਇਹਨੂੰ ਐਮਰਜੈਂਸੀ ਵੇਲੇ ਯੂਜ਼ ਕਰ ਸਕਦੇ ਆ ਇੱਕ ਤਵ ਉਹਦੇ ਵਿੱਚ ਇਹ ਲਿਖਿਆ ਆ ਵੀ ਜਿਹੜਾ ਸਟਾਕ ਆ ਪ੍ਰਾਈਵੇਟ ਲੋਕਾਂ ਕੋਲ ਹੋਊਗਾ ਉਹਨੂੰ ਅਸੀਂ ਕਿਸੇ ਐਮਰਜੈਂਸੀ ਵੇਲੇ ਕੁਦਰਤੀ ਆਫ਼ਤ ਵੇਲੇ ਕਿਸੇ ਕਰਾਗ ਦੀ ਸਮੱਸਿਆ ਵੇਲੇ ਅਸੀਂ ਜਦੋਂ ਮਾਦੀ ਨੂੰ ਵਰਤ ਸਕਦੇ ਹਾਂ ਹਟਾ ਸਕਦੇ ਹਾਂ ਦੂਜਾ ਜਦੋਂ ਕੀਮਤਾਂ ਡਬਲ ਹੋਣਗੀਆਂ ਉਦੋਂ ਇੰਟਰਵੈਨ ਕਰਨਾ ਅਸੀਂ ਕਹਾਂ ਦੋਨੇ ਗੱਲਾਂ ਕਰ ਤੇ ਤੁਸੀਂ ਫੋਰਐਵਰ ਕਿਉਂ ਨਹੀਂ ਲਾਗੂ ਕਰਦੇ ਤੁਸੀਂ ਆਪਣੇ ਕੰਟਰੋਲ 'ਚ ਰੱਖੋ ਇਹ ਤੇ ਉਹ ਥੋੜਾ ਸਹਿਮਤ ਹੋਏ ਆ ਇਹ ਤੇ ਡਾਇਲੌਗ ਕੀਤਾ ਜਾ ਸਕਦਾ ਬਹੁਤ ਬਹੁਤ ਧੰਨਵਾਦ ਹੁਣ ਅਸੀਂ ਗੱਲ ਕਰਦੇ ਹਾਂ ਅਮਰਜੀਤ ਸਿੰਘ ਰੜਾ ਜੀ ਰੜਾ ਸਾਹਿਬ ਤੁਹਾਡੇ ਕੀ ਵਿਚਾਰ ਤੁਸੀਂ ਮੀਟਿੰਗ ਦੇ ਵਿੱਚ ਸ਼ਾਮਿਲ ਸੀ ਅੱਜ ਜੀ ਜੀ ਵਿਚਾਰ ਤਾਂ ਇਹ ਹੈ ਕਿ ਸਰਕਾਰ ਹੈ ਇਸ ਵੇਲੇ ਚਰਚਾ ਦੇ ਮੂਡ 'ਚ ਲੱਗ ਰਿਹਾ ਕਿ ਇਹ ਕਿਸੇ ਤਰ੍ਹਾਂ ਦਾ ਵੀ ਡੈਡਲੌਕ ਨਹੀਂ ਚਾਉਂਦੀ ਸਰਕਾਰ ਔਰ ਐਮਐਸਪੀ ਦੇ ਉੱਤੇ ਜਿੱਥੇ ਥੋੜਾ ਜਿਹਾ ਪਾਸਾ ਵਟ ਰਹੀ ਹੈ ਐਮਐਸਪੀ ਤੋਂ ਕਾਨੂੰਨ ਬਣਾਉਣ ਤੋਂ ਉੱਥੇ ਕਾਨੂੰਨਾਂ ਦੇ ਉੱਤੇ ਛੋਟੀ ਕਮੇਟੀ ਜਿਹੜੀ ਸ਼ੁਰੂ ਤੋਂ ਮੰਗ ਕਰਦੀ ਆ ਰਹੀ ਹੈ ਕਿ ਛੋਟੀ ਕਮੇਟੀ ਬਣਾ ਦਿਓ ਛੋਟੀ ਕਮੇਟੀ ਬਣਾ ਦਿਓ ਉਹ ਠੀਕ ਉਸੇ ਤਰ੍ਹਾਂ ਦਾ ਰਾਗ ਲਾਪ ਰਹੀ ਹੈ ਪਰ ਅੱਗੇ ਨਾਲੋਂ ਕੁਝ ਐ ਲੱਗਦਾ ਕਿ ਉਹਨਾਂ ਦੀ ਮੀਟਿੰਗਜ਼ ਦੀ ਜਿਹੜੀ ਸਪੀਡ ਹੋ ਵਧੀ ਆ ਅੱਗੇ ਨਾਲੋਂ ਹੋਰ ਜਲਦੀ ਜਲਦੀ ਮੀਟਿੰਗਜ਼ ਹੋਣਗੀਆਂ ਤੇ ਆਸ ਇਹ ਹੈ ਕਿ 26 ਤੋਂ ਪਹਿਲਾਂ ਕੁਝ ਨਾ ਕੁਝ ਹੱਲ ਨਿਕਲੇਗਾ ਜੀ ਪਾਇਰੋ ਜੀ ਤੁਹਾਡੇ ਅੱਜ ਦੀ ਮੀਟਿੰਗ ਲੈ ਕੇ ਚੱਲੋ ਬਹੁਤ ਹੋ ਗਿਆ ਓਕੇ ਹਾਂ ਤੁਹਾਡੇ ਜੀ ਹਾਂਜੀ ਅੱਜ ਦੀ ਜਿਹੜੀ ਮੀਟਿੰਗ ਹੈ ਉਹ ਬੇਸ਼ਕੀਤਾ ਰਹੀ ਹੈ ਤੇ ਉਹਦੇ ਵਿੱਚ ਅਗਲੀ ਮੀਟਿੰਗ ਜਿਹੜੀ 19 ਨੂੰ ਰੱਖੀ ਗਈ ਹੈ ਜਿੱਥੇ ਤੱਕ ਹੈਗਾ ਅੱਜ ਕੋਈ ਜਿਹੜੀ ਚਰਚਾ ਹੋਈ ਅਸੀਂ ਉਹਦੇ 'ਚ ਕਿਹਾ ਵੀ ਐਮਐਸਪੀ ਤੇ ਔਰ ਇਹ ਤਿੰਨੇ ਕਾਨੂੰਨਾਂ ਨੂੰ ਰਿਪੀਲ ਕਰਨ ਬਾਰੇ ਹੀ ਅਗਲੀ ਮੀਟਿੰਗ ਦੇ ਵਿੱਚ ਚਰਚਾ ਹੋਵੇ ਔਰ ਸਰਕਾਰ ਅਸੀਂ ਸਰਕਾਰ ਨੂੰ ਦੂਸਰਾ ਸਭ ਤੋਂ ਪਹਿਲਾਂ ਜਿਹੜਾ ਉਹਨਾਂ ਨੇ ਐਨਆਈਏ ਦਾ ਸਾਡੇ ਟਰਾਂਸਪੋਰਟਰਾਂ ਤੇ ਔਰ ਜਿਨ੍ਹਾਂ ਨੇ 21 ਗਰੀਬ ਲੋਕਾਂ ਨੂੰ 50-50 ਹਜ਼ਾਰ ਰੁਪਏ ਦਿੱਤਾ ਸੀ ਉਹਨਾਂ ਤੇ ਜਿਹੜੇ ਉਹਨਾਂ ਨੇ ਕੀਤਾ ਆਪਣਾ ਕੇਸ ਬਣਾਏ ਨੇ ਉਹਨਾਂ ਨੂੰ ਅਸੀਂ ਅੱਜ ਬੜਾ ਜ਼ਬਰਦਸਤ ਤਰੀਕੇ ਨਾਲ ਉਹਦਾ ਵਿਰੋਧ ਕੀਤਾ ਔਰ ਮੰਤਰੀ ਜੀ ਨੇ ਕਿਹਾ ਵੀ ਅਸੀਂ ਮੈਂ ਇਹ ਤੇ ਚਰਚਾ ਕਰੂੰਗਾ ਪੂਰੀ ਤਰ੍ਹਾਂ ਇਹ ਗੱਲ ਉਹਨਾਂ ਨਾਲ ਹੋਈ ਹੈ ਬਾਕੀ ਜਿੱਥੇ ਤੱਕ ਰਹੀ ਅੱਜ ਜਿਹੜਾ ਸੈਂਸਰ ਸਰਵਿਸ ਜਿਹੜਾ ਕਾਨੂੰਨ ਆ ਉਹ ਤੋਂ ਚਰਚਾ ਕਰਨੀ ਚਾਹੁੰਦੀ ਸੀ ਅਸੀਂ ਉਹ ਚ ਕਿਹਾ ਸੀ ਉਹਨਾਂ ਨੂੰ ਵੀ ਉਹ ਕਾਨੂੰਨ ਨਹੀਂ ਹੈ ਉਹ ਤਾਂ ਐਮੈਂਡਮੈਂਟ ਹੈ ਉਹਨੂੰ ਤੁਹਾਨੂੰ ਵਾਪਸ ਲੈਣਾ ਚਾਹੀਦਾ ਰਿਪੀਲ ਇਹਦੇ ਚ ਕੋਈ ਗੱਲ ਰਿਪੀਲ ਲਾਉਂਦੀ ਹੈ ਨਹੀਂ ਠੀਕ ਹੈ ਬਲਵੰਤ ਬਹਿਰਾਮਕੇ ਜੀ ਭਾਰਤੀ ਕਿਸਾਨ ਯੂਨੀਅਨ ਪੰਜਾਬ ਤੋਂ ਨੇ ਬਹਿਰਾਮਕੇ ਜੀ ਕਮੇਟੀ ਦੇ ਅੰਦਰ ਤੁਹਾਡੇ ਕੀ ਜਜਮੈਂਟ ਨੇ ਜੀ ਅੰਦਰ ਜਿਹੜੀ ਮੀਟਿੰਗ ਹੋਈ ਆ ਉਹਦੇ ਵਿੱਚ ਵਾਰ-ਵਾਰ ਫੋਰਸ ਕੀਤਾ ਗਿਆ ਉਹਨਾਂ ਵੱਲੋਂ ਵੀ ਤੁਸੀਂ ਛੋਟੀ ਕਮੇਟੀ ਬਣਾਓ ਔਰ ਸਾਡੇ ਮਾਨਯੋਗ ਆਗੂਆਂ ਵੱਲੋਂ ਜਿਵੇਂ ਕੁਲਵੰਤ ਸੰਧੂ ਜੀ ਹੁਰੀ ਰਾਜੇਵਾਲ ਸਾਹਿਬ ਇਹਨਾਂ ਵੱਲੋਂ ਕਿਹਾ ਗਿਆ ਵੀ ਅਸੀਂ 500 ਜੱਥੇਬੰਦੀਆਂ ਪੂਰੇ ਦੇਸ਼ ਦੀਆਂ ਇੱਕ ਚੀਜ਼ ਮੈਨੂੰ ਦੱਸਿਓ ਕਿ ਜਿਹੜੀ ਗੱਲ ਸੁਪਰੀਮ ਕੋਰਟ ਦੀ ਕਮੇਟੀ ਨੂੰ ਲੈ ਕੇ ਜਾਂ ਸਰਕਾਰ ਦੀ ਉਹਦੇ ਪ੍ਰਤੀ ਸਰਕਾਰ ਦਾ ਕੀ ਪਤੀਰਾ ਰਹੀਆਂ ਕੋਈ ਅੰਦਰ ਇਸ ਪ੍ਰਤੀ ਕੋ ਗੱਲਬਾਤ ਨਹੀਂ ਹੋਈ ਕੋਈ ਵੀ ਬਾਕੀ ਹੋਰ ਹੀ ਚਰਚਾ ਜਿਹੜੀ ਚਰਚਾ ਦਾ ਵਿਸ਼ਾ ਬਣਿਆ ਰਿਹਾ ਹੈ ਸਭ ਤੋਂ ਵੱਧ ਇਹ ਗੱਲ ਰਹੀ ਹੈ ਵੀ ਅਸੀਂ ਕਿਸੇ ਵੀ ਕਮੇਟੀ ਨਾਲ ਗੱਲਬਾਤ ਕਰਨਾ ਨਹੀਂ ਚਾਹੁੰਦੇ ਅਸੀਂ ਤਾਂ ਕੇਵਲ ਜਿਹੜੀ ਆਪਣੀ ਕਮੇਟੀ ਬਣਾਈ ਹੋਈ ਹੈ ਚਾਲੀਆਂ ਦੀ ਇਹ ਹੀ ਆਣ ਕੇ ਕੇਂਦਰ ਨਾਲ ਗੱਲਬਾਤ ਕਰੇਗੀ ਤੇ ਇਹਨਾਂ ਕਾਨੂੰਨਾਂ ਨੂੰ ਰੱਦ ਕਰਵਾ ਕੇ ਵਾਪਸ ਮੁੜੇਗੀ ਕਿਰਪਾ ਸਿੰਘ ਜੀ ਇਸ ਚੀਜ਼ ਤੇ ਵਿਚਾਰ ਦਿਓ ਕਿ ਸਰਕਾਰ ਦਾ ਜ਼ਿਆਦਾ ਰੁੱਖ ਸੁਪਰੀਮ ਕੋਰਟ ਦੀ ਕਮੇਟੀ ਵੱਲ ਸੀ ਜਾਂ ਆਪ ਇਸ ਮੁੱਦੇ ਨੂੰ ਸੁਲਝਾਉਣ ਦੇ ਵਿੱਚ ਸੀ ਨਹੀਂ ਨਹੀਂ ਉਹ ਤਾਂ ਉਹਨਾਂ ਨੂੰ ਕਲੀਅਰ ਹੈ ਕਿ ਜਿਵੇਂ ਆਪਾਂ ਕਿਸਾਨ ਅਗਵਾਣੇ ਵਿੱਚ ਬਾਰ-ਬਾਰ ਆਪਾਂ ਕਮੈਂਟ ਕੀਤੇ ਹੋਏ ਕਿ ਅਸੀਂ ਉਸ ਕਮੇਟੀ ਨੂੰ ਮੰਨਦਾ ਹੀ ਨਹੀਂ ਤੇ ਨਾ ਆਪਾਂ ਸਮਰੀਮਨਗੜ ਚ ਗਏ ਆ ਸਰਕਾਰ ਵੀ ਕਿਤਨਾ ਕਿਤੇ ਹੁਣ ਫਸੀ ਹੋਈ ਉਹ ਸੁਲਝਾਣਾ ਤਾਂ ਆਪਣੇ ਤੌਰ ਤੇ ਚਾਹੁੰਦੀ ਆ ਪਰ ਉਹ ਸੁਲਝਾਉਣਾ ਇਸ ਤਰ੍ਹਾਂ ਚਾਹੁੰਦੀ ਕਿ ਵਿਚ ਦਾ ਕੋਈ ਰਿਸ਼ਤਾ ਕੱਢਿਆ ਜਾਵੇ ਇਹਦੇ ਸੋਧਾਂ ਕੀਤੇ ਜਾਣ ਤੇ ਅੱਜ ਐਮਐਸਪੀ ਤੇ ਉਹਨਾਂ ਕੋਈ ਗੱਲ ਕਰਨ ਤੇ ਨਕਾਰ ਕੀਤਾ ਉਹ ਕਹਿੰਦੇ ਪਹਿਲਾਂ ਆਪਾਂ ਤਿੰਨਾਂ ਕਾਨੂੰਨਾਂ ਤੇ ਗੱਲ ਕਰਾਂਗੇ ਪਰ ਸਰਕਾਰ ਕਿਤਨਾ ਕਿਤੇ ਫਸੀ ਵੀ ਹੈ ਤੇ ਖਾੜਾ ਵੀ ਹਟਾਉਣਾ ਚਾਹੁੰਦੇ ਅੰਦੋਲਨ ਵਿੱਚ ਕਾਉਣਾ ਚਾਹੁੰਦੇ ਪਰ ਇਹ ਸਰਕਾਰ ਨੂੰ ਅੱਜ ਕਲੀਅਰ ਕਰਕੇ ਆਏ ਕਿ ਅਗਲੀ ਮੀਟਿੰਗ 'ਚ ਸਾਨੂੰ ਤੁਸੀਂ ਦੱਸ ਦਿਓ ਵੀ ਕਰਨਾ ਕੀ ਹੈ ਜੀ ਔਰ ਇਹ ਵੀ ਸਰਕਾਰ ਨੂੰ ਕਲੀਅਰ ਕੱਟ ਕੇ ਆਏ ਕਿ ਬਾਰ ਬਾਰ ਇੱਕੋ ਹੀ ਗੱਲ ਜਿਵੇਂ ਫੁੱਟ ਪਾਉਂਦੇ ਕਿ ਤੁਸੀਂ ਦੋ ਚਾਰ ਬੰਦਿਆਂ ਦੀ ਕਮੇਟੀ ਬਣਾਓ ਅਸੀਂ ਉੱਥੇ ਬਾਰ ਬਾਰ ਕਿਹਾ ਵੀ ਇਹ ਕਮੇਟੀ ਆ 500 ਜਥੇਬੰਦੀਆਂ ਦਾ ਨਿਚੋੜ ਕੱਢ ਕੇ 40 ਬੰਦੇ ਜਿਹੜੇ ਇੱਥੇ ਕਮੇਟੀ ਬਣਾ ਕੇ ਇੱਕ ਛੋਟੀ ਕਮੇਟੀ ਦੇ ਰੂਪ ਵਿੱਚ ਹੀ ਬੈਠੇ ਆ ਪਿੱਛੇ 500 ਜਥੇਬੰਦੀਆਂ ਨੇ ਸਾਡੇ ਔਰ ਲੱਖਾਂ ਕਿਸਾਨ ਨੇ ਸੋ ਸਰਕਾਰ ਕਿਤੇ ਨ ਕਿਤੇ ਲੱਗਦਾ ਹੈ ਵੀ ਥੋੜਾ ਜਿਹਾ ਮੂਡ ਵਿੱਚ ਹੈਗੀ ਹੈ ਕੁਝ ਨਾ ਕੁਝ ਕਰਨ ਦੀ ਪਰ ਅਜੇ ਖੁੱਲ ਕੇ ਬੋਲ ਨਹੀਂ ਰਹੀ ਪਰ ਆਉਣ ਵਾਲੇ ਦਿਨਾਂ ਚ ਮੈਨੂੰ ਜਿਤੇ ਕਿਹਾ ਮੇਰੀ ਨਿੱਜੀ ਰਹਿ ਕੇ ਆਪਾਂ ਨੂੰ ਖੁਸ਼ਖਬਰੀ ਜ਼ਰੂਰ ਮਿਲੂਗੀ ਆ ਉਹ ਗੱਲ ਕਰਦੇ ਆ ਡਾਕਟਰ ਸਤਨਾਮ ਸਿੰਘ ਜਨਾਲਾ ਜੀ ਦੇ ਨਾਲ ਖੇਤੀਬਾੜੀ ਐਕਸਪਰਟ ਨੇ ਡਾਕਟਰ ਜਨਾਲਾ ਜੀ ਤੁਹਾਡੇ ਕੀ ਇਹਦੇ ਪ੍ਰਤੀ ਵਿਚਾਰ ਨੇ ਵੇਖੋ ਇੱਕ ਤੇ ਮੀਟਿੰਗ ਤੇ ਮੀਟਿੰਗ ਜਿਹੜੀ ਹੋਈ ਜਾ ਰਹੀ ਆ ਮੀਟਿੰਗਾਂ ਜਿਹੜੀਆਂ ਇਹ ਅਜੇ ਜਿਹਦੀ ਸਫਲਤਾ ਵੱਲ ਨਹੀਂ ਜਾ ਰਹੀ ਜਿਤਨਾ ਸਾਡਾ ਮੋਰਚਾ ਸਫਲਤਾ ਵੱਲ ਜਾ ਰਿਹਾ ਵਾ ਉਹ ਬਸ ਇੱਕੋ ਰਟ ਲਈ ਆ ਵੀ ਅਸੀਂ ਜਿਹੜਾ ਜੀ ਇਹ ਤਹੀਂ ਐਮੈਂਡਮੈਂਟਾਂ ਕਰਨ ਨੂੰ ਤਿਆਰ ਐਮੈਂਡਮੈਂਟਾਂ ਦੇ ਵੇਖੋ ਤੇ ਸਾਰਿਆਂ ਨੇ ਸਾਥੀਆਂ ਨੇ ਸੁਝਾਅ ਦਿੱਤੇ ਵੀ ਬਿਲਕੁਲ ਗਲਤ ਆ ਜਿਹੜਾ ਉਹ ਸੋਸ਼ੋਧਨ ਵਾਲਾ ਕਾਨੂੰਨ ਹੈ ਜਿਹੜਾ ਉਹਨੂੰ ਵੀ ਅਜੇ ਆਨਾ ਕਰਨੀ ਕਰਦੇ ਆ ਪਰ ਉਤੇ ਕੁਝ ਹਾਂਕ ਵਰਦੇ ਆ ਪਰ ਚਲੋ ਵਿਚਾਰ ਚਰਚਾ ਜਾਰੀ ਆ 19 ਤਰੀਕ ਨੂੰ ਫੇਰ 12 ਵਜੇ ਮੀਟਿੰਗ ਹੋਣੀ ਆ ਪਰ ਇੱਕ ਗੱਲ ਹੋ ਗਈ ਆ ਵੀ 19 ਤਰੀਕ ਮੀਟਿੰਗ ਉਹਦੇ ਵਿੱਚ ਇਹ ਫੈਸਲਾ ਕੌਣ ਮੀਟਿੰਗ ਹੋਊਗਾ ਇਹ ਗੱਲ ਸਾਹਮਣੇ ਆ ਗਈ ਆ ਵੀ ਹੁਣ ਜਿਹੜਾ ਕੋਈ ਹੋਰ ਵਿਚ ਵਿਚੋਲਾ ਨਹੀਂ ਕੋ ਸੁਪਰੀਮ ਕੋਰਟ ਨਹੀਂ ਇਹ ਸਰਕਾਰ ਤੇ ਸਾਡੀਆਂ ਜਿਹੜੀਆਂ ਜਥੇਬੰਦੀਆਂ ਉਹਨਾਂ ਦੇ ਵਿੱਚ ਹੀ ਗੱਲਬਾਤ ਹੋ ਕੇ ਇਹਦਾ ਹੱਲ ਹੋਏਗਾ ਧੰਨਵਾਦ ਸਾਡੇ ਨਾਲ ਸਰਕਾਰ ਸਰਦਾਰ ਔੰਕਾਰ ਸਿੰਘ ਜੀ ਨੇ ਤੁਹਾਡੇ ਉੱਤੇ ਵਿਚਾਰ ਦਿੱਤੇ ਦੇਖੋ ਸਰਕਾਰ بار بار ਜਿਹੜੇ ਮੀਟਿੰਗਾਂ ਕਰ ਰਹੀ ਹੈ ਅਸੀਂ ਸਾਡਾ ਜਿਹੜਾ ਐਕਟਿਵ ਹੈ ਅਸੀਂ ਪੋਜੀਟਿਵ ਹਾਂ ਉਹਦੇ ਵਿੱਚ ਸਾਡੀ ਦਲੀਲ ਦੀ ਉਹ ਉਹਨਾਂ ਕੋਲ ਜਵਾਬ ਕੋਈ ਨਹੀਂ ਹੈ بار بار ਮੀਟਿੰਗਾਂ ਜ਼ਰੂਰ ਕਰ ਰਹੇ ਨੇ ਪਰ ਅਸੀਂ ਉਹਨਾਂ ਨੂੰ ਸਾਡਾ ਜਿਹੜਾ ਅੰਦੋਲਨ ਹੈ ਉਹ ਹੋਰ ਅੱਗੇ ਵੱਧ ਰਿਹਾ ਹੈ ਔਰ ਸਾਨੂੰ ਸਮਰਥਨ ਵੱਧ ਤੋਂ ਵੱਧ ਮਿਲ ਰਿਹਾ ਹੈ ਕਿਸਾਨ ਜੁੜਦੇ ਜਾ ਰਹੇ ਨੇ ਔਰ ਸ਼ਾਂਤਮਈ ਅੰਦੋਲਨ ਹੋਏਗਾ ਸ਼ਾਂਤਮਈ ਤਰੀਕੇ ਨਾਲ ਅੰਦੋਲਨ ਹੈ ਜਿਹੜਾ ਸਤਿਆਗ੍ਰਹਿ ਹੈ ਉਹਨੂੰ ਕੋਈ ਹਰਾਉਣ ਵਾਲਾ ਨਹੀਂ ਸਰਕਾਰ ਨੂੰ ਮੰਨਣਾ ਹੀ ਪਏਗਾ ਝੁਕਣਾ ਪਏਗਾ ਅ ਜਿਵੇਂ ਤੁਹਾਨੂੰ ਸਾਰੇ ਸਾਡੇ ਯੂਨੀਅਨ ਪ੍ਰੈਜ਼ੀਡੈਂਟਸ ਨੇ ਦੱਸਿਆ ਕਿ ਕਿਵੇਂ-ਕਿਵੇਂ ਸਰਕਾਰ ਦੇ ਨਾਲ ਅੰਦਰ ਸਰਕਾਰ ਦਾ ਗੱਲਬਾਤ ਹੋਈ ਹੈ ਹਰ ਇੱਕ ਟਾਪਿਕ ਦੇ ਉੱਪਰ ਐਮਐਸਪੀ ਨੂੰ ਲੈ ਕੇ ਜਾਂ ਜਿਹੜੇ ਕਾਨੂੰਨ ਨੇ ਉਹਨਾਂ ਨੂੰ ਲੈ ਕੇ ਜੋ ਵੀ ਅਪਡੇਟ ਸੀ ਉਹ ਤੁਹਾਨੂੰ ਬਰੀਫ ਦੇ ਵਿੱਚ ਸਾਰਿਆਂ ਵੱਲੋਂ ਦੱਸਿਆ ਗਿਆ ਹੈ